ਕਿ ਜਿੱਥੇ ਚਾਰੇ ਪਾਸੇ ਇਸ ਟਾਈਮ ਨੈਗੇਟਿਵਿਟੀ ਹੋਈ ਪਈ ਹੈ, ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਮੰਚ ਦੇ ਉੱਤੇ ਥੋੜ੍ਹਾ ਜਿਹਾ ਮਾਹੌਲ ਅਸੀਂ ਪੋਜ਼ਿਟਿਵ ਕਰੀਏ, ਤੁਹਾਨੂੰ ਖੁਸ਼ ਕਰ ਸਕੀਏ, ਤੁਹਾਨੂੰ ਥੋੜ੍ਹਾ ਜਿਹਾ ਇਮੋਸ਼ਨਲ ਕਰ ਸਕੀਏ, ਥੋੜ੍ਹਾ ਜਿਹਾ ਤੁਹਾਨੂੰ ਰੋਮੈਂਟਿਕ ਕਰ ਸਕੀਏ। ਜਲੰਧਰ ਤੋਂ ਇਹ ਸੁਨੇਹਾ ਲੈ ਕੇ ਨਿਊਯਾਰਕ ਦੀ ਧਰਤੀ 'ਤੇ ਪਹੁੰਚੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਉਹਨਾਂ ਫਨਕਾਰਾਂ ਵਿੱਚੋਂ ਇੱਕ ਮਿਸ਼ੀ ਬੰਗੜ ਸਾਹਿਬ ਅੱਜ ਸਾਨੂੰ ਕਈ ਸਾਰੇ ਗੀਤ ਵੀ ਸੁਣਾਉਣਗੇ ਔਰ ਦੱਸਣਗੇ ਕਿ ਕਿਸ ਤਰੀਕੇ ਦਾ ਸਟਰਗਲ ਵੀ ਉਹਨਾਂ ਨੇ ਇਸ ਧਰਤੀ ਦੇ ਉੱਤੇ ਕੀਤਾ। 2007 ਦੇ ਵਿੱਚ ਮੈਂ ਅਮਰੀਕਾ ਦੀ ਧਰਤੀ ਨਸੀਬ ਹੋਈ ਮੈਨੂੰ। ਉਸ ਤੋਂ ਬਾਅਦ ਮੇਰਾ ਚੱਲਦਾ ਰਿਹਾ ਜੀ, ਕੰਮ ਕਰਦੇ ਰਿਹਾ ਜੀ, ਅਤੇ ਜਿਹੜਾ ਸੰਗੀਤ ਦਾ ਵਾਵਸਥਾ ਸੀ ਜੀ, ਮੈਂ ਉਹ ਸ਼ੁਰੂ ਤੋਂ ਸਿਖਾ ਜੀ, ਅਤੇ ਮੇਰੇ ਉਸਤਾਦ ਗੁਲਜ਼ਾਰ ਮੁਹੰਮਦ ਜੀ, ਉਸ ਤੋਂ ਪਹਿਲਾਂ ਮੈਂ ਆਪਣੇ ਤਾਇਆ ਗਿਆਨੀ ਸੁਰਜਨਦਾਸ ਜੀ ਤੋਂ ਸਿੱਖਿਆ ਜੀ। ਫਿਰ ਉਸ ਤੋਂ ਬਾਅਦ ਮੈਂ ਬਹੁਤ ਸਾਰੀਆਂ ਕੈਸਟਸ ਕੀਤੀਆਂ ਜੀ, ਅਤੇ ਬਸ ਇੱਦਾਂ ਹੀ ਕੈਸਟ ਦੇ ਜ਼ਰੀਏ ਮੇਰੀ ਕੈਸਟ ਆਈ ਸੀ ਕੋਕਾ, ਜੇ ਕੋਕਾ ਲੈ ਦੇਗਾ ਭਾਗ ਸਿਆਂ ਤਾਂ ਮੈਂ ਜਾਣਾ ਮੇਲੇ। ਸੋ ਉਹ ਗੀਤ ਦੇ ਜ਼ਰੀਏ ਇਹ ਜੰਨਤ ਨਸੀਬ ਹੋਈ। ਹਾਂਜੀ, ਅਤੇ ਬੰਗੜ ਸਾਹਿਬ ਕਿਵੇਂ ਤੁਹਾਨੂੰ ਯਾਦ ਆਉਂਦਾ ਹੈ ਵਿਸਾਖੀ ਦਾ ਮਾਹੌਲ, ਕੋਈ ਲਾਈਨਾਂ ਤੁਹਾਨੂੰ ਯਾਦ ਆ ਰਹੀਆਂ ਹੋਣ? ਹੋ ਚੜੇ ਵਿਸਾਖ ਜਿੰਦ ਸੌਖੀ ਹੋਈ, ਕਣਕ ਪੱਕ ਕੇ ਸੋਨਾ ਹੋਈ, ਦਬਕੇ ਵਾਵੇ ਰੱਜ ਕੇ ਖਾਵੇ, ਫਿਰ ਰੱਬ ਦਾ ਸ਼ੁਕਰ ਮਨਾਵੇ, ਜਦ ਜੋਬਨ ਚੜਦਾ ਕਣਕਾਂ ਨੂੰ ਜੱਟ ਲੁੱਡੀਆਂ ਪਾਵੇ। ਬੰਗੜ ਸਾਹਿਬ ਅੱਜ ਦੀ ਗਾਇਕੀ ਜਿਹੜੀ ਹੈਗੀ ਹੈ ਔਰ ਜਿਹੜੀ ਪਹਿਲਾਂ ਵਿਰਾਸਤ ਦੇ ਵਿੱਚ ਮਿਲੀ ਹੋਈ ਗਾਇਕੀ ਜਿਹੜੀ ਹੈ, ਲੋਕ ਗਾਇਕੀ ਦੀ ਗੱਲ ਕਰੀਏ, ਤੁਸੀਂ ਕਿਵੇਂ ਇਹਨੂੰ ਡਿਫਰੈਂਸ਼ੀਏਟ ਕਰਦੇ ਹੋ? ਕਿਵੇਂ ਤੁਹਾਨੂੰ ਲੱਗਦਾ ਕਿ ਉਹ ਅੱਜ ਜਿਹੜਾ ਓਲਡ ਸਕੂਲ ਸਟਾਈਲ ਹੈ ਉਹ ਅਲੋਪ ਹੁੰਦਾ ਜਾ ਰਿਹਾ, ਕੀ ਕਾਰਨ ਹੈਗਾ? ਲੋਕ ਗੀਤ ਮਨਫੀ ਹੋ ਰਿਹਾ ਅਤੇ ਸੰਗੀਤ ਜਿਹੜਾ ਵੈਸਟਰਨ ਹਾਵੀ ਹੋ ਰਿਹਾ। ਹਾਂ, ਕੋਈ ਗੱਲ ਨਹੀਂ, ਸੰਗੀਤ ਵੈਸਟਰਨ ਹਾਵੀ ਹੁੰਦਾ ਕੋਈ ਨਹੀਂ ਜੀ, ਲੇਕਿਨ ਤੁਸੀਂ ਸਿੱਖੇ ਹੋਣੇ ਚਾਹੀਦੇ ਆ, ਤੁਹਾਡੇ ਗਲੇ 'ਚ ਮਿਠਾਸ ਹੋਣੀ ਚਾਹੀਦੀ, ਤੁਸੀਂ ਉਸਤਾਦ ਵਾਲੇ ਹੋਣੇ ਚਾਹੀਦੇ, ਗਾਓ ਜੋ ਮਰਜ਼ੀ ਤੁਸੀਂ ਗਾਓ। ਪਰ ਉਹ ਜਿਹੜਾ ਸਾਡਾ ਵਿਰਸਾ ਆ, ਸਾਡੀ ਵਿਰਾਸਤ ਆ, ਸਾਡਾ ਸੰਗੀਤ ਟ੍ਰੈਡੀਸ਼ਨਲ ਆ ਜਿਹੜਾ, ਉਹਨੂੰ ਸਾਨੂੰ ਕੋਸ਼ਿਸ਼ ਕਰਕੇ, ਐਫਰਟਸ ਕਰਕੇ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜੀ।